ਮੈਂ ਪਿਛਲੇ 25 ਸਾਲ ਤੋਂ ਬਜਟ ਦੇਖ ਰਿਹਾ ਕਿ ਬਜਟ ਐਤਕੀ 3.25 ਘੰਟੇ ਸਪੀਚ ਚੱਲੀ ਹੈ। ਮੈਂ ਏਜੰਡਾ ਦਿੱਤਾ ਸੀ, ਆਪਣੀਆਂ ਹੋਪਸ ਦਿੱਤੀਆਂ ਸੀ, ਉਹਦੇ ਵਿੱਚੋਂ ਬਹੁਤ ਘੱਟ ਚੀਜ਼ਾਂ 'ਤੇ ਵਿਚਾਰ ਕੀਤਾ ਗਿਆ। ਸਲੈਬਸ ਵਧਾ ਦਿੱਤੀਆਂ ਗਈਆਂ, ਉੱਪਰਲੀ ਸਲੈਬ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਗਿਆ। ਅਸੀਂ ਚਾਹੁੰਦੇ ਸੀ ਪਰਚੇਸ ਪਾਵਰ ਵਧੇ, ਲੇਕਿਨ ਉਹ ਪਰਚੇਸ ਪਾਵਰ ਜਿਹੜੀ ਹੈ ਲੋਕਾਂ ਦੀ, ਜਿਹਦੇ ਕਰਕੇ ਅਸੀਂ ਕਹਿੰਦੇ ਸੀ ਵੀ ਇੰਡਸਟਰੀਲਾਈਜੇਸ਼ਨ ਵਧੇਗੀ, ਮੈਨੂਫੈਕਚਰਿੰਗ ਵਧੀ ਹੋਗੀ, ਉਹਦੇ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਕਰੀਏ ਤਾਂ ਬਹੁਤ ਸਾਰੀਆਂ ਬੈਂਕਾਂ ਬੈਂਕਰਪਟ ਹੋ ਗਈਆਂ, ਪੰਜਾਬ ਦੇ ਵਿੱਚ ਬੈਂਕਾਂ ਨੂੰ ਮਰਜ ਕੀਤਾ ਜਾ ਰਿਹਾ ਅਤੇ ਅਰਥਚਾਰਾ ਪੂਰੀ ਤਰ੍ਹਾਂ ਹਿੱਲਿਆ ਹੋਇਆ। ਜਿਹੜੀਆਂ ਬੈਂਕਾਂ ਦੇ ਹਾਲਾਤ ਇਸ ਵੇਲੇ ਹੋ ਚੁੱਕੇ ਨੇ, ਕਿ ਉਸ ਤੋਂ ਨਿਕਲ ਪਾਉਣਗੀਆਂ ਬੈਂਕ? ਬੈਂਕਸ ਤਾਂ ਇਸ ਵੇਲੇ ਮਰਸੀ 'ਤੇ ਨੇ ਕਿ ਬਈ ਸ਼ਾਇਦ ਅਸੀਂ ਬਚ ਜਾਈਏ। 10 ਪੁਆਇੰਟਾਂ 'ਚੋਂ ਅਸੀਂ 6 ਪੁਆਇੰਟ ਦਿੰਦੇ ਹਾਂ PhD ਚੈਂਬਰ ਵੱਲੋਂ ਇਸ ਬਜਟ ਵਾਸਤੇ। ਦੇਸ਼ ਦਾ ਬਜਟ ਪੇਸ਼ ਕਰ ਦਿੱਤਾ ਗਿਆ, ਦੇਸ਼ ਦੇ ਲੋਕਾਂ ਦੇ ਲਈ ਕੀ ਖਾਸ ਰਿਹਾ, ਕੀ ਨਿਰਾਸ਼ਾ ਹੋਈ ਦੇਸ਼ ਦੇ ਲੋਕਾਂ ਨੂੰ? ਗੱਲਬਾਤ ਕਰਨ ਦੇ ਲਈ ਪੰਜਾਬ ਸਟੇਟ ਚੈਪਟਰ ਦੇ ਮੈਂਟਰ ਸਾਡੇ ਨਾਲ ਨੇ, ਰੁਪਿੰਦਰ ਸਿੰਘ ਸਚਦੇਵਾ। ਸਰ, ਕਿਵੇਂ ਦੇਖੀਏ ਇਸ ਬਜਟ ਨੂੰ, ਤਸਵੀਰ ਕਿਵੇਂ ਸਾਫ਼ ਕਰੀਏ ਲੋਕਾਂ ਦੇ ਸਾਹਮਣੇ? ਪਹਿਲੀ ਵਾਰ ਹੈ ਮੈਂ ਪਿਛਲੇ 25 ਸਾਲ ਤੋਂ ਬਜਟ ਦੇਖ ਰਿਹਾ ਕਿ ਬਜਟ ਐਤਕੀ 3.25 ਘੰਟੇ ਸਪੀਚ ਚੱਲੀ ਹੈ ਫਾਈਨੈਂਸ ਮਿਨਿਸਟਰ ਦੀ, ਜਿਹਦੇ ਵਿੱਚੋਂ 2 ਘੰਟੇ ਤੋਂ ਉੱਪਰ ਪਾਰਟ ਏ ਜਿਹੜਾ ਉਹਦੇ ਬਾਰੇ ਵਿਚਾਰਿਆ ਗਿਆ, ਔਰ ਉਸ ਦੇ ਵਿੱਚ ਜ਼ਿਆਦਾ ਪੋਲੀਟੀਕਲ ਗੱਲਾਂ ਜਾਂ ਇੱਕ ਗਵਰਨਮੈਂਟ ਦਾ ਜਿਹੜਾ ਹੈਗਾ ਆਪਣੇ ਆਪ ਨੂੰ ਦੱਸਣ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਇੰਨਾ ਕੰਮ ਕਰ ਰਹੇ ਹਾਂ। ਜਿਹੜਾ ਬੀ ਪਾਰਟ ਹੈ ਉਹਦੇ ਵਿੱਚ ਜਿਹੜੀਆਂ ਗੱਲਾਂ ਸਮਝ ਆਈਆਂ, ਅਸੀਂ ਜਿਹੜੀ ਆਪਣੇ ਏਜੰਡਾ ਦਿੱਤਾ ਸੀ, ਆਪਣੀਆਂ ਹੋਪਸ ਦਿੱਤੀਆਂ ਸੀ, ਉਹਦੇ ਵਿੱਚੋਂ ਬਹੁਤ ਘੱਟ ਚੀਜ਼ਾਂ 'ਤੇ ਵਿਚਾਰ ਕੀਤਾ ਗਿਆ। ਇੱਕ ਤਾਂ ਇਨਕਮ ਟੈਕਸ ਐਗਜ਼ੰਪਸ਼ਨ ਜਿਹੜੀ ਹੈ ਅਸੀਂ ਜ਼ਿਆਦਾ ਮੰਗ ਰਹੇ ਸੀ, ਉਹ ਬਹੁਤ ਘੱਟ ਦਿੱਤੀ ਗਈ ਹੈ। ਸਲੈਬਸ ਵਧਾ ਦਿੱਤੀਆਂ ਗਈਆਂ, ਉੱਪਰਲੀ ਸਲੈਬ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਗਿਆ। ਅਸੀਂ ਚਾਹੁੰਦੇ ਸੀ ਪਰਚੇਸ ਪਾਵਰ ਵਧੇ, ਲੇਕਿਨ ਉਹ ਪਰਚੇਸ ਪਾਵਰ ਜਿਹੜੀ ਹੈ ਲੋਕਾਂ ਦੀ, ਜਿਹਦੇ ਕਰਕੇ ਅਸੀਂ ਕਹਿੰਦੇ ਸੀ ਵੀ ਇੰਡਸਟਰੀਲਾਈਜੇਸ਼ਨ ਵਧੇਗੀ, ਮੈਨੂਫੈਕਚਰਿੰਗ ਵਧੀ ਹੋਗੀ, ਉਹਦੇ 'ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹ ਪਰਚੇਸ ਪਾਵਰ ਮੇਰਾ ਨਹੀਂ ਖਿਆਲ ਵਧੇਗੀ ਜ਼ਿਆਦਾ, ਬਾਕੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਆਪਣਾ ਡੈਫੀਸ਼ਿਟ ਵਧਾਉਣ ਦੀ ਵਧਾਇਆ ਹੈਗਾ, 3.3 ਤੋਂ 3.8% ਕੀਤਾ ਉਹਦਾ, ਉਹਦੇ ਕਰਕੇ ਇਹਨਾਂ ਨੇ ਬਹੁਤ ਸਕੀਮਾਂ ਅਨਾਊਂਸ ਕੀਤੀਆਂ। ਇੱਕ ਅੱਛੀਆਂ 2 ਗੱਲਾਂ ਕੀਤੀਆਂ ਗਈਆਂ, ਇੱਕ ਤਾਂ ਜਿਹੜੀ ਅਨਇੰਪਲੋਇਮੈਂਟ ਵਾਸਤੇ ਔਰ ਰੋਜ਼ਗਾਰੀ ਵਾਸਤੇ ਜਿਹੜੀ ਕੰਮ ਕੀਤਾ ਗਿਆ ਉਹ ਹੈ ਕਿ ਜਿਹੜੇ ਯੰਗਸਟਰ ਇੰਜੀਨੀਅਰ ਬੱਚੇ ਹੈ ਉਹਨਾਂ ਨੂੰ 1 ਸਾਲ ਗਵਰਨਮੈਂਟ ਦੇ ਨਾਲ ਅਪਰੈਂਟਰਸ਼ਿਪ ਕੀਤੀ ਗਈ ਹੈ ਕਿ ਵੀ ਉਹ ਅਪਰੈਂਟਰਸ਼ਿਪ ਦੇ ਵਿੱਚ ਗਵਰਨਮੈਂਟ ਲੋਕਲ ਗਵਰਨਮੈਂਟ ਦੇ ਨਾਲ ਜੁਆਇਨ ਕਰਨਗੇ ਔਰ ਸ਼ਹਿਰਾਂ ਦੇ ਵਿੱਚ ਜਾ ਕੇ ਕੰਮ ਕਰਨਗੇ 1 ਸਾਲ ਵਾਸਤੇ। ਦੂਸਰਾ, ਸਰਕਾਰਾਂ ਨੂੰ ਕਿਹਾ ਗਿਆ ਸਟੇਟ ਦੀਆਂ ਗਵਰਨਮੈਂਟਸ ਨੂੰ ਕਿ ਜਿੱਥੇ ਜਿੱਥੇ ਵੀ ਤੁਹਾਡਾ ਜ਼ਿਲ੍ਹੇ ਲੈਵਲ 'ਤੇ ਮੈਡੀਕਲ ਹੋਸਪਿਟਲ ਹੈਗੇ ਆ ਚੰਗੇ, ਉੱਥੇ ਮੈਡੀਕਲ ਕਾਲਜ ਸ਼ੁਰੂ ਕਰੋ, ਜਿਹਦੇ ਨਾਲ ਬਹੁਤ ਜ਼ਿਆਦਾ ਡਾਕਟਰਸ ਦੀ ਕਹਿ ਲਓ ਪ੍ਰੋਗਰੈਸ ਸ਼ੁਰੂ ਹੋ ਜਾਏਗੀ ਔਰ ਜਿਹੜਾ ਸਾਡਾ ਇੱਕ ਗੈਪ ਹੈ ਪੂਰਾ ਹੋਣਾ ਸ਼ੁਰੂ ਹੋ ਜਾਏਗਾ। ਸਰ, ਬੈਂਕਿੰਗ ਸੈਕਟਰ ਦੀ ਗੱਲ ਕਰੀਏ ਤਾਂ ਬੈਂਕਿੰਗ ਸੈਕਟਰ ਨੂੰ ਕੀ ਉਭਾਰ ਮਿਲੇਗਾ ਇਸ ਬਜਟ ਦੇ ਨਾਲ? ਕਿਉਂਕਿ ਪਿਛਲੇ ਦਿਨਾਂ ਦੀ ਅਸੀਂ ਜੇ ਗੱਲਾਂ ਕਰੀਏ ਤਾਂ ਬਹੁਤ ਸਾਰੀਆਂ ਬੈਂਕਾਂ ਬੈਂਕਰਪਟ ਹੋ ਗਈਆਂ, ਪੰਜਾਬ ਦੇ ਵਿੱਚ ਬੈਂਕਾਂ ਨੂੰ ਮਰਜ ਕੀਤਾ ਜਾ ਰਿਹਾ ਅਤੇ ਅਰਥਚਾਰਾ ਪੂਰੀ ਤਰ੍ਹਾਂ ਹਿੱਲਿਆ ਹੋਇਆ, ਅਤੇ ਇਸ ਬਜਟ ਦੇ ਨਾਲ ਕੀ ਉਸ ਹਿਲਦੇ ਹੋਏ ਅਰਥਚਾਰੇ ਨੂੰ, ਉਸ ਹਿਲਦੀ ਹੋਈ ਸਥਿਤੀ ਨੂੰ ਕੀ ਉਭਾਰ ਮਿਲੇਗਾ? ਕਿ ਬੈਂਕਾਂ ਨੂੰ, ਜਿਹੜੀਆਂ ਬੈਂਕਾਂ ਦੇ ਹਾਲਾਤ ਇਸ ਵੇਲੇ ਹੋ ਚੁੱਕੇ ਨੇ, ਕਿ ਉਸ ਤੋਂ ਨਿਕਲ ਪਾਉਣਗੀਆਂ ਬੈਂਕਾਂ? ਮੈਂ ਸਮਝਦਾ ਕਿ ਬੈਂਕਾਂ ਨੂੰ ਜੋ ਵੀ ਇਹ ਬਜਟ ਦੇ ਵਿੱਚ ਗੱਲ ਕੀਤੀ ਗਈ ਕੋਈ ਵਧਾ ਬੈਨੀਫਿਟ ਨਹੀਂ ਹੋਣ ਵਾਲਾ। ਬੈਂਕਸ ਤਾਂ ਇਸ ਵੇਲੇ ਮਰਸੀ 'ਤੇ ਨੇ ਕਿ ਬਈ ਸ਼ਾਇਦ ਅਸੀਂ ਬਚ ਜਾਈਏ, ਜਦਕਿ ਪ੍ਰਾਈਵੇਟ ਬੈਂਕ ਜਿਸ ਤਰ੍ਹਾਂ HDFC ਹੈ ਉਹ ਆਪਣੇ ਲੈਵਲ 'ਤੇ ਬਹੁਤ ਅੱਛਾ ਕੰਮ ਕਰ ਰਿਹਾ ਹੈ ਕਿਉਂਕਿ ਉਹਦੇ 'ਤੇ ਕੋਈ ਰੋਕਾ ਟੋਕੀ ਨਹੀਂ ਹੈ। ਬਾਕੀ ਬੈਂਕਾਂ ਦੇ ਇੰਨੀ ਰੋਕਾ ਟੋਕੀ ਹੈ, ਉਹਨਾਂ 'ਤੇ ਇੰਨਾ ਜ਼ਿਆਦਾ ਡਰਾਇਆ ਪਾਇਆ ਗਿਆ, ਅਫਸਰ ਕੋਈ ਕੰਮ ਨਹੀਂ ਕਰਦੇ, ਕੋਈ ਲੋਨ ਦੇਣ ਨੂੰ ਤਿਆਰ ਨਹੀਂ ਹੈ। ਜਿਹੜਾ ਇੱਕ ਹੋਰ ਫੈਸਲਾ ਚੰਗਾ ਕੀਤਾ ਗਿਆ ਉਹ ਇਹ ਹੈ ਕਿ ਜਿਹੜਾ ਕਾਰਪੋਰੇਟ ਲਾਅ ਹੈ, ਕੰਪਨੀ ਲਾਅ, ਉਹਦੇ ਵਿੱਚ ਕੰਪਨੀਜ਼ ਦੇ ਪ੍ਰਮੋਟਰਸ ਨੂੰ ਅਗਰ ਕ੍ਰਿਮੀਨਲ ਜਿਹੜੀ ਲਾਇਬਿਲਿਟੀ ਬਣਾਈ ਗਈ ਸੀ ਉਹ ਇਹਨਾਂ ਨੇ ਹੁਣ ਸਿਵਲ ਲਾਇਬਿਲਿਟੀ 'ਤੇ ਲਿਆਂਦਾ ਅਤੇ ਉਹ ਕ੍ਰਿਮੀਨਲ ਖਤਮ ਕਰ ਦਿੱਤੀ ਹੈ। ਉਹਦੇ ਨਾਲ ਜਿਹੜਾ ਫੋਰਨ ਇਨਵੈਸਟਰ ਇੱਥੇ ਆ ਕੇ ਕੰਮ ਕਰਨ ਤੋਂ ਡਰਦਾ ਸੀ ਉਹ ਹੁਣ ਇੱਕ ਅੱਛਾ ਕੰਮ ਸਟੈਪ ਹੈ, ਉਹਨੂੰ ਅਸੀਂ ਸਮਝਦੇ ਹਾਂ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਕਿਸੇ ਕਰਕੇ ਕਿਸੇ ਦੀ ਕੰਪਨੀ ਖਰਾਬ ਹੋ ਜਾਂਦੀ ਹੈ, ਕੋਈ ਹਾਲਾਤ ਨੇ, ਅੱਜ ਦੀ ਤਰੀਕ 'ਚ ਨਵੀਂ ਨਵੀਂ ਇੰਡਸਟਰੀ ਨਵੇਂ ਨਵੇਂ ਕੰਮ ਕਰਦੀ ਹੈ ਅਤੇ ਉਹਨਾਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਇੱਕ ਫੋਬ
ਕਹਿ ਲਓ ਖੌਫ ਕ੍ਰੀਏਟ ਹੋ ਗਿਆ ਸੀ ਸਰ ਜੇ ਹਾਂ ਜੇ ਅਸੀਂ ਸਿਕਿਉਰਿਟੀ ਦੀ ਗੱਲ ਕਰ ਲਈਏ ਅਸੀਂ ਹੈਲਥ ਦੀ ਗੱਲ ਕਰ ਲਈਏ ਅਸੀਂ ਸਿਕਿਉਰਿਟੀ ਦੀ ਗੱਲ ਕਰ ਲਈਏ ਬੈਂਕਿੰਗ ਸਿਸਟਮ ਵੀ ਇਸ ਵੇਲੇ ਨਾਜ਼ੁਕ ਆ ਉਸਦੇ ਬਾਰੇ ਕੋਈ ਖਾਸ ਸਟੈਪ ਨਹੀਂ ਲੈ ਗਏ ਸਿਕਿਉਰਿਟੀ ਹੋ ਗਈ ਐਜੂਕੇਸ਼ਨ ਹੋ ਗਈ ਇਸ ਤੋਂ ਇਲਾਵਾ ਅਨਇੰਪਲੋਇਮੈਂਟ ਇੱਕ ਵੱਡੀ ਸਮੱਸਿਆ ਪੂਰੇ ਦੇਸ਼ ਦੇ ਵਿੱਚ ਇਹ ਜਿਹੜੇ ਤਿੰਨ ਚੀਜ਼ਾਂ ਨੇ ਇਹਨਾਂ ਨੂੰ ਕਿਵੇਂ ਦੇਖੀਏ ਇਹਨਾਂ ਦੇ ਬਾਰੇ ਜਿਹੜੇ ਸਟੈਪਸ ਕੋਈ ਖਾਸ ਰੱਖੇ ਗਏ ਨੇ ਕੁਝ ਖਾਸ ਰੱਖਿਆ ਗਿਆ ਬਜਟ ਦੇ ਵਿੱਚ ਮੈਂ ਸਮਝਦਾ ਹੈਲਥ ਅਨਇੰਪਲੋਇਮੈਂਟ ਔਰ ਐਜੂਕੇਸ਼ਨ ਇਹਦੇ ਵੱਲ ਫੋਕਸ ਕੀਤਾ ਗਿਆ ਸਟੱਡੀ ਇਨ ਇੰਡੀਆ 'ਤੇ ਗੱਲ ਕੀਤੀ ਗਈ ਹੈ ਉਹਦੇ 'ਚ ਇੰਪਲੋਇਮੈਂਟ ਵੱਲ ਗੱਲ ਕੀਤੀ ਗਈ ਹੈ ਹੈਲਥ ਸੈਕਟਰ ਦੇ ਵਿੱਚ ਅੱਛਾ ਕੀਤਾ ਗਿਆ ਜਦਕਿ ਇੱਕ ਐਗਰੀਕਲਚਰ ਦਾ ਜਿਹੜਾ ਬਜਟ ਹੈ ਉਹ ਘੱਟ ਕੀਤਾ ਗਿਆ ਫਲੋਰੀਕਲਚਰ ਹਾਰਟੀਕਲਚਰ ਦਾ ਵਧਾਇਆ ਗਿਆ ਫਿਸ਼ਰੀ ਦਾ ਵਧਾਇਆ ਗਿਆ ਸੋ ਕਈ ਚੀਜ਼ਾਂ ਨੂੰ ਇਹਨਾਂ ਨੇ ਜਿਗਲਿੰਗ ਕੀਤੀ ਉਹ ਪੂਰੀ ਬਜਟ ਪੜ੍ਹਨ ਤੋਂ ਬਾਅਦ ਹੀ ਪਤਾ ਲੱਗੇਗਾ ਬਟ ਓਵਰਆਲ ਮੈਂ ਸਮਝਦਾ ਵੀ ਬਜਟ ਜਿਹੜਾ ਹੈਗਾ ਉਹ 10 ਪੁਆਇੰਟਾਂ 'ਚੋਂ ਅਸੀਂ 6 ਪੁਆਇੰਟ ਦਿੰਦੇ ਹਾਂ PhD ਚੈਂਬਰ ਵੱਲੋਂ ਇਸ ਬਜਟ ਵਾਸਤੇ ਔਰ ਉਮੀਦ ਕਰਦੇ ਹਾਂ ਕਿ ਸਰਕਾਰ ਇਸ ਸਾਲ ਦੇ ਵਿੱਚ ਹੋਰ ਬੈਨੀਫਿਟ ਦੇ ਕੇ MSME ਨੂੰ ਔਰ ਇੰਡਸਟਰੀ ਨੂੰ ਪ੍ਰਫੁੱਲਤ ਕਰੇਗੀ ਸੋ ਇਹ ਸਨ ਰੁਪਿੰਦਰ ਸਿੰਘ ਸਚਦੇਵਾ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ 10 ਦੇ ਵਿੱਚੋਂ 6 ਪੁਆਇੰਟ ਦਿੰਦੇ ਨੇ ਕਿ ਬਹੁਤ ਸਾਰੀਆਂ ਚੀਜ਼ਾਂ ਇਸ ਬਜਟ ਦੇ ਵਿੱਚ ਹੋਣ ਵਾਲੀਆਂ ਸੀ ਜਿਹੜੀਆਂ ਨਹੀਂ ਹੋਈਆਂ ਬਹੁਤ ਚੀਜ਼ਾਂ ਕਰ ਲਈਆਂ ਗਈਆਂ ਅਤੇ ਉਹਨਾਂ ਦੀ ਇਹ ਸ਼ਲਾਘਾ ਵੀ ਕਰਦੇ ਨੇ ਅਤੇ 10 ਦੇ ਵਿੱਚੋਂ 6 ਪੁਆਇੰਟ ਦਿੰਦੇ ਨੇ ਇਸ ਬਜਟ ਨੂੰ ਤੁਸੀਂ ਕੀ ਸੋਚਦੇ ਹੋ ਇਸ ਬਜਟ ਬਾਰੇ ਆਪਣੇ ਕਮੈਂਟ ਕਰ ਸਕਦੇ ਹੋ ਫਿਲਹਾਲ ਤੁਹਾਡੇ ਤੋਂ ਅੱਗੇ ਲੈਂਦੇ ਹਾਂ ਸਹਿਯੋਗੀ ਜੱਸੀ ਦੇ ਨਾਲ ਹਰਦੀਪ ਸਿੰਘ ਭੋਗਲ ਸਪੋਕਸਮੈਨ TV ਚੰਡੀਗੜ੍ਹ